ਗੁੱਡੀ ਦਾ ਪ੍ਰਾਹੁਣਾ, ਉਸ ਤੋਂ ਪਹਿਲਾਂ ਇੱਕ ਮੈਂ ਫੌਜੀ ਕਰਤਾ, ਕਿਉਂਕਿ ਮੈਂ ਟੀਚਰ ਵੀ ਲੱਗਿਆ ਹੋਇਆ, ਮਾਸਟਰਾਂ ਦੀ ਗੱਲ ਜ਼ਰੂਰ ਕਰੂੰਗਾ। ਸਾਡੇ ਬੜੀ ਪ੍ਰੈਸ ਬੈਠੀ ਹੈ, ਐਸੇ ਗਾਣੇ ਗਾਉਣੇ ਬਹੁਤ ਔਖੇ ਨੇ, ਹਿੰਮਤ ਕਰਨੀ ਪੈਂਦੀ ਹੈ। ਤੋ ਦੇਖੋ ਧਿਆਨ ਨਾਲ ਕਿ ਜਿਹੜੇ ਵੇਲੇ 'ਚ ਅਸੀਂ ਪੜ੍ਹੇ ਹਾਂ, ਮੈਂ ਪੜ੍ਹਿਆ, ਮੈਂ ਤਕਰੀਬਨ 67 ਦਾ ਜਨਮ ਹੈ ਅਤੇ 72 ਦੇ ਵਿੱਚ ਮੈਂ ਪਹਿਲੀ ਕਲਾਸ ਦੇ ਵਿੱਚ ਜੁਆਇਨ ਕਰ ਲਿਆ ਸੀਗਾ, ਤਾਂ ਉਸ ਟਾਈਮ ਦੀਆਂ ਗੱਲਾਂ ਉਦੋਂ ਫੱਟੀ ਵਾਸਤੇ ਹੁੰਦੇ ਸੀ, ਆ ਬੋਰੀਆਂ ਦੇ ਝੋਲੇ ਹੁੰਦੇ ਸੀ, ਜਿਹੜੀ ਮਰਜ਼ੀ ਨੀਕਰ ਪਾ ਲਈਦੀ ਸੀ, ਜਿਹੜਾ ਮਰਜ਼ੀ ਝੱਗਾ, ਕੋਈ ਵਰਦੀ ਨਹੀਂ ਹੁੰਦੀ ਸੀ ਉਦੋਂ, ਅੱਜ ਗੁਟਾਈਆਂ ਬੈਲਟਾਂ ਕੁਛ ਨਹੀਂ ਹੁੰਦਾ ਸੀ, ਅਤੇ ਨੀਕਰ ਵੀ ਨਾਲੇ ਵਾਲੀ ਹੁੰਦੀ ਸੀ, ਅਤੇ ਜੇ ਤਾਂ ਬੇਬੇ ਘਰੋਂ ਕੱਸ ਕੇ ਬੰਨ੍ਹ ਬੁੰਨ ਕੇ ਤੋਰ ਦਿੰਦੀ ਸੀ, ਸਾਰੀ ਜਿਹੜੀ ਸਕੂਲ 'ਚ ਚੜ੍ਹਾਈ ਰਹਿੰਦੀ ਸੀ, ਦੋਵੇਂ ਹੱਥ ਵਿਹਲੇ, ਅਤੇ ਜੇ ਕਿਤੇ ਦੁੱਖ ਲੈਣਾ ਢਿੱਲਾ ਢੁੱਲਾ ਰਹਿ ਜਾਂਦਾ ਸੀ, ਆਪ ਨੂੰ ਆਉਂਦਾ ਨਹੀਂ ਸੀ, ਮਾਸਟਰ ਘਰ ਨਹੀਂ ਆਉਣ ਦਿੰਦੇ ਸੀ, ਫਿਰ ਸਾਰੀ ਦਿਹਾੜੀ ਇੱਕ ਹੱਥ ਇੱਥੇ ਰਹਿੰਦਾ ਹੁੰਦਾ, ਅਤੇ ਦੂਜਾ ਹੱਥ ਵੀ ਸੁੱਖ ਨਾਲ ਸਾਡਾ ਉਦੋਂ, ਕਿਉਂਕਿ ਉਦੋਂ ਕਿਹੜਾ ਸਾਡੇ ਕੋਲ ਰੁਮਾਲ ਆਉਂਦੇ ਸੀ, ਅਤੇ ਫੇਅਰ ਐਂਡ ਲਵਲੀ ਆ ਜਾਂਦੀ ਸੀ, ਮਰ ਜਾਣੀ ਨੂੰ ਇੱਧਰੋਂ ਚੜ੍ਹਾਈ ਦਾ ਸੀ, ਇੱਧਰ ਨਿਕਲੇ ਆਉਂਦੀ ਸੀ, ਹਰੇ ਰੰਗ ਦੀ ਹੁੰਦੀ ਸੀ, ਠੰਡ ਠੁੰਡ ਜ਼ਿਆਦਾ ਲੱਗੀ ਹੁੰਦੀ ਸੀ, ਉਦੋਂ ਫਿਰ ਦੇਸੀ ਤਰੀਕਾ ਹੁੰਦਾ ਸੀ, ਰੁਮਾਲ ਤਾਂ ਹੁੰਦੇ ਨਹੀਂ ਸੀ, ਫਿਰ ਕੂਹਣੀ ਤੋਂ ਲੈ ਕੇ ਗੁੱਟ 'ਤੇ ਇੰਜਣ ਦੇ ਪਿਸਟਣ ਨੂੰ ਸਾਰੀ ਜਿਹੜੀ ਬਾਂਹ ਚੱਲਦੀ ਸੀ ਐਂ ਕਰਕੇ, ਬੇਬੇ ਲੜਦੀ ਸੀ ਮਰ ਜਾਣਾ, ਨਾਭੀ ਸੂਟ ਪਾ ਕੇ ਭੇਜਿਆ ਸੀ, ਬਾਹਾਂ ਅੱਡੀ ਚਿੱਟੀਆਂ ਜਿਹੀਆਂ ਕਰੀ ਫਿਰਦਾ, ਐਂ ਨਹੀਂ ਪਤਾ ਵੀ ਕਲੀ ਕਰਾ ਕੇ ਲਿਆ। ਸਾਨੂੰ ਅੱਜ ਕੱਲ੍ਹ ਬੈਗ ਲਿਆਉਂਦੇ ਬੱਚੇ 350 ਦਾ 400 ਦਾ ਝੋਲਾ ਆਉਂਦਾ, ਸਾਡਾ ਘਰੇ ਬੇਬੇ ਰੇਹ ਵਾਲੀ ਬੋਰੀ ਦਾ ਆਹ ਹੁੰਦਾ ਸੀ ਨਿੱਕਾ ਜਿਹਾ ਝੋਲਾ, ਜਾਂ ਜਿਹੜਾ ਤੁਸੀਂ ਗੁੱਡੀ ਦੇ ਪਰਾਹੁਣੇ 'ਚ ਵੇਖਿਆ ਆਹ ਝੋਲਾ ਹੁੰਦਾ ਸੀ, ਅਤੇ ਇਹਦੇ ਵਿੱਚ 3-4 ਚੀਜ਼ਾਂ ਹੀ ਹੁੰਦੀਆਂ ਸੀ, ਇੱਕ ਆ ਫੱਟੀ ਹੁੰਦੀ ਸੀ, ਇਹ ਦੋ ਕੰਮ ਆਉਂਦੀ ਹੁੰਦੀ ਸੀ ਫੱਟੀ, ਇੱਕ ਤਾਂ ਊੜਾ ਊੜਾ ਲਿਖਣ ਦੇ, ਅਤੇ ਦੂਜਾ ਤੁਹਾਨੂੰ ਪਤਾ ਹੀ ਜਿਹੜਾ ਪੰਜਾਬੀ ਲੈਂਦੇ ਹੁੰਦੇ, ਜਦੋਂ ਖੜਕਾ ਦੜਕਾ ਹੋਣਾ ਮੋਹਰਾਂ ਚੜ੍ਹਦੀ, ਇਹ ਦੁੱਖ ਦੇਣੀ ਅੰਬ ਦੀ ਬਣੀ ਵਿਚਾਲਿਓਂ ਟੁੱਟਦੀ ਹੁੰਦੀ ਸੀ, ਫਿਰ ਨਵੀਂ ਨਹੀਂ ਲੈ ਕੇ ਦਿੰਦੇ ਸੀ, ਅੱਜ ਕੱਲ੍ਹ ਚੀਜ਼ ਟੁੱਟ ਗਈ ਕਹਿੰਦੇ ਸਿੱਟ ਦਿਓ, ਪੁਰਾਣੇ ਵੇਲੇ ਬਾਪੂਰੇ ਕਹਿੰਦੇ ਸੀ ਟੁੱਟ ਗਈ ਉਹਨੂੰ ਜੋੜ ਲਓ, ਇੱਥੇ ਪੱਤਰੀਆਂ ਲਵਾ ਦਿੰਦੇ ਸੀ, ਇਹਦੇ ਉੱਤੇ ਅਸੀਂ ਗਾਚੀ ਨਾਲ ਪੋਚਦੇ ਹੁੰਦੇ ਸੀ, ਆਹ ਗਾਚੀ ਹੁੰਦੀ ਸੀ, ਅੱਜ ਕੱਲ੍ਹ ਤਾਂ ਬੀਬੀਆਂ ਫੇਸ ਪੈਕ ਵਾਸਤੇ ਵਰਤਦੀਆਂ ਰੰਗ ਗੋਰਾ ਕਰਨ ਵਾਸਤੇ, ਪਰ ਅਸੀਂ ਇਹਦੇ ਨਾਲ ਫੱਟੀ ਪੋਚਦੇ ਹੁੰਦੇ ਸੀ, ਵੈਸੇ ਅੱਜ ਕੱਲ੍ਹ ਤਾਂ ਵੈਸੇ ਫੱਟੀ ਪੋਚਦੇ, ਜਿਹਦੀ ਸਰਕਾਰ ਨਹੀਂ ਬਣਦੀ ਘਰੇ ਬੈਠੇ ਨਹੀਂ ਪੋਚੀ ਜਾਂਦੇ, ਹੁਣ ਤਾਂ ਤੁਹਾਨੂੰ ਪਤਾ ਹੀ, ਅਸੀਂ ਇਹਦੇ ਨਾਲ ਪੋਚਦੇ ਹੁੰਦੇ, ਇਹ ਵੀ ਦੋ ਕੰਮ ਆਉਂਦੀ ਸੀ, ਹਰ ਚੀਜ਼ ਤੋਂ ਦੋ ਕੰਮ ਲੈ ਜਾਂਦੇ ਸੀ, ਦੂਜਾ ਕੰਮ ਕਿਹੜਾ ਸੀ, ਸਵਾਦ ਬਹੁਤ ਹੁੰਦੀ ਸੀ, ਅੱਜ ਕੱਲ੍ਹ ਜਵਾਕ ਟੋਫੀਆਂ ਖਾਂਦੇ, ਸਾਡੀ ਇਹੀ ਟੋਫੀ ਹੁੰਦੀ ਸੀ, ਇਹੀ ਚੋਕਲੇਟ, ਇਹਦੇ ਉੱਤੇ ਕਲਮ ਅਤੇ ਦਵਾਤ ਨਾਲ ਲਿਖਦੇ ਹੁੰਦੇ ਸੀ, ਜੇ ਤੁਹਾਨੂੰ ਦਿਸ ਜੇ ਤਾਂ ਨੇੜੇ ਆ ਜਾਓ, ਜੇ ਖਿੱਚਣੀ ਹੈ ਫੋਟੋ ਤੁਸੀਂ ਨੇੜੇ ਆ ਜਾਓ, ਮੈਨੂੰ ਵੀ ਦੇ ਦਿਓ ਜੀ, ਆਹ ਦਵਾਤ ਹੁੰਦੀ ਸੀ 10 ਪੈਸਿਆਂ ਦੀ ਆਉਂਦੀ ਹੁੰਦੀ ਸੀ ਉਦੋਂ, ਇਹਦੇ ਉੱਤੇ ਡਾਟਾ ਲੱਗਿਆ ਹੁੰਦਾ ਸੀ, ਆਹ ਇੱਕ ਪੰਜੀ ਦੀ ਪੁੜੀ ਹੁੰਦੀ ਸੀ, ਪੰਜੀ ਦੀ, ਇਹਦੇ 'ਤੇ ਉਰਦੂ ਲਿਖਿਆ ਸੀ ਲਾਲ ਰੰਗ ਦੀ, 5 ਪੈਸਿਆਂ ਦੀ, ਇਹਨੂੰ ਇਹਦੇ ਵਿੱਚ ਘੋਲ ਕੇ ਡਾਟਾ ਲਾ ਕੇ ਅਸੀਂ ਐਂ ਸ਼ਾਹੀ ਬਣਾਉਂਦੇ ਹੁੰਦੇ ਸੀ, ਸ਼ਾਹੀ ਬਣ ਗਈ, ਐਂ ਖੋਲ੍ਹ ਕੇ ਇਹਦੇ ਵਿੱਚੋਂ ਕਲਮ ਕੱਢ ਕੇ ਅਸੀਂ ਐਂ ਲਿਖਦੇ ਹੁੰਦੇ ਸੀ ਊੜਾ, ਅਤੇ ਜੇ ਕਿਤੇ ਨਾਲ ਬੈਠੇ ਨੇ ਕਿਸੇ ਇੱਕ ਅੱਧਾ ਟੋਭਾ ਜਿਹਾ ਲਾ ਲੈਣਾ ਨਾ, ਇੱਧਰੋਂ ਅਗਲੇ ਦਿਨ ਉਹਦੀ ਜਾਣ ਨਹੀਂ ਛੱਡੀ ਸੀ, ਪਹਿਲਾਂ ਮੇਰਾ ਕੱਲ੍ਹ ਵਾਲਾ ਟੋਭਾ ਦੇ, ਇੰਨੀ ਇਮਾਨਦਾਰੀ ਹੁੰਦੀ ਸੀ, ਅੱਜ ਕੱਲ੍ਹ ਤਾਂ ਲੱਖਾਂ ਲੈ ਕੇ ਲੋਕ ਮੁੱਕਰ ਜਾਂਦੇ, ਇੱਕ ਟੋਭਾ ਵੀ ਉਦੋਂ ਵਾਪਸ ਕਰਨਾ ਪੈਂਦਾ ਸੀ, ਉੱਥੇ ਦੁਨੀਆ ਚੰਗੀ ਸੀ ਉਦੋਂ, ਇਮਾਨਦਾਰੀ ਸੀ, ਇੱਕ ਸਾਡੇ ਕੋਲ ਸਲੇਟ ਹੁੰਦੀ ਸੀ, ਆਹ ਸਲੇਟ ਹੁੰਦੀ ਸੀ, ਇਹਦੇ ਉੱਤੇ ਅਸੀਂ ਸਲੇਟੀ ਨਾਲ ਲਿਖਦੇ, ਨਿੱਕੀ ਜਿਹੀ ਰਹਿ ਗਈ ਸਲੇਟੀ, ਅਤੇ ਸਲੇਟੀ ਵੀ ਦੋ ਕੰਮ ਆਉਂਦੀ ਸੀ, ਲਿਖਣ ਦੇ ਅਤੇ ਦੂਜੀ ਸਵਾਦ ਵੀ ਬਹੁਤ ਹੁੰਦੀ ਸੀ, ਇਹਨੂੰ ਹੁਣ ਸਾਫ਼ ਕਿਵੇਂ ਕਰਦੇ ਹੁੰਦੇ ਸੀ, ਜੇ ਮੈਂ ਆਹ ਦੱਸਦਾ ਅੱਜ ਦੀ ਪੀੜ੍ਹੀ ਨੇ ਆਖਣਾ ਗਾਉਣ ਵਾਲਾ ਅੰਕਲ ਕੀ ਕਰੀ ਜਾਂਦਾ, ਕਈਆਂ ਨੂੰ ਯਾਦ ਆ ਗਿਆ ਹੋਣਾ ਸਾਡੇ ਕੋਲ ਕਿਹੜਾ ਡਸਟਰ ਹੁੰਦੇ ਸੀ, ਕੁਛ ਨਹੀਂ ਹੁੰਦਾ, ਇੱਥੋਂ ਸਮਾਨ ਹੌਲੀ ਹੌਲੀ ਤਾਂ ਨੂੰ ਲਿਆਈਦੇ ਸੀ ਭਰ ਕੇ, ਐਂ ਕਰਕੇ ਕਰਦੇ ਹੁੰਦੇ ਸੀ, ਐਂ ਕਰਦੇ ਸੀ ਨਾ, ਇੰਨਾ ਗੰਦ ਪਾ ਕੇ ਵੀ ਅਸੀਂ ਸੁੱਚੇ ਹੁੰਦੇ ਸੀ, ਉਦੋਂ ਸਾਰੇ ਲਿਪਟ ਜਾਂਦੇ ਸੀ, ਪਰ ਆਤਮਾਵਾਂ ਸੁੱਚੀਆਂ ਹੁੰਦੀਆਂ ਸੀ, ਕੋਈ ਵਲ ਫੇਰ ਨਹੀਂ ਹੁੰਦਾ ਸੀ, ਇੱਕੋ ਹੀ ਕਾਇਦਾ ਹੁੰਦਾ ਸੀ ਸਾਡੇ ਕੋਲ, ਪਹਿਲਾ ਪਾਠ ਊੜਾ ਊਠ ਹੁੰਦਾ ਸੀ, ਅਤੇ ਬਾਪੂ ਜੀ ਘਰੇ ਬੋਤਾ ਕਹਿੰਦੇ ਹੁੰਦੇ ਸੀ, ਬਸ ਅਸੀਂ ਸਕੂਲ 'ਚ ਊਠ ਸਿੱਖਣਾ, ਘਰੇ ਬਾਪੂ ਨੇ ਬੋਤਾ ਸਿਖਾ ਦੇਣਾ, ਅਗਲੇ ਦਿਨ ਅਸੀਂ ਬੋਤਾ ਕਹਿ ਦੇਣਾ, ਮਾਸਟਰ ਜੀ ਨੇ ਕੰਨ ਫੜਾ ਦੇਣੇ, ਮੁਰਗਾ ਫੜਾ ਦੇਣਾ, ਇਹ ਦੋ ਜਾਨਵਰਾਂ ਨੇ ਬਹੁਤ ਤੰਗ ਕੀਤਾ, ਇੱਕ ਬੋਤੇ ਨੇ ਅਤੇ ਇੱਕ ਮੁਰਗੇ ਨੇ, ਅੱਜ ਕੱਲ੍ਹ ਬੱਚੇ ਲਿਮਕਾ ਪੀਂਦੇ, ਕੋਕ ਪਤਾ ਨਹੀਂ ਕੀ ਕੁਝ ਆ ਗਿਆ, ਕਪੀੜਾ ਜਾਂ ਫੈਂਟਾ ਆ ਗਿਆ, ਮੈਨੂੰ ਲੱਗਦਾ ਇੱਕ ਦਿਨ ਬੰਦਾ ਪੀਲੇ, 4 ਦਿਨ ਜੀਭ ਪੀਲੀ ਹੋਈ ਰਹਿੰਦੀ ਹੈ, ਨਿਰਾ ਜ਼ਹਿਰ, ਪਰ ਸਾਡੇ ਵੀਰੀ ਆਹ ਆਇਆ ਸੀ ਦੁੱਖ ਦੇਣਾ, ਆਹ ਗੋਲੀ ਵਾਲਾ ਬੱਤਾ, ਇਹ ਵੀ ਕੋਸਾ ਜਿਹਾ ਹੁੰਦਾ ਸੀ, ਉਦੋਂ ਕਿਹੜਾ ਫਰਿੱਜਾਂ ਹੁੰਦੀਆਂ ਸੀ, ਤੱਤਾ ਹੀ ਪੀ ਜਾਈਦਾ ਸੀ, ਸਵਾਦ ਬਹੁਤ ਹੁੰਦਾ ਸੀ, ਅੱਜ ਕੱਲ੍ਹ ਬੱਚੇ ਕਾਸਕੋ ਦੀ ਗੇਂਦ ਲਿਆਉਂਦੇ 250 ਦੀ 150 ਦੀ, ਸਾਨੂੰ ਬਾਪੂ ਲੀਰਾਂ ਦੀ ਘਰੇ ਬਣਾ ਕੇ ਦਿੰਦਾ ਸੀ, ਆਹ ਲੀਰਾਂ ਦੀ, ਅਤੇ ਜਿੱਥੋਂ ਮਰਜ਼ੀ ਟਾਣਾ ਵੱਢ ਕੇ ਸਾਡੀ ਹਾਕੀ ਹੁੰਦੀ ਸੀ, ਆਹ ਸਾਡੀ ਹਾਕੀ ਹੁੰਦੀ ਸੀ, ਅਤੇ ਗੁੱਲੀ ਡੰਡਾ ਸਭ ਤੋਂ ਪਿਆਰੀ ਖੇਡ।